ਖਲਕਾ ਦਾਖਾ ਦੇ ਪਿੰਡ ਹੰਸ ਕਲਾਂ ਵਿਖੇ ਬੀਤੇ ਦਿਨ ਹੋਏ ਸਰਦਾਰ ਬੂਟਾ ਸਿੰਘ ਦੇ ਘਰ ਤੇ ਹਮਲੇ ਤੇ ਗਵਾਂਢੀਆਂ ਵੱਲੋਂ ਕੀਤੀ ਲੜਾਈ ਝਗੜੇ ਦੌਰਾਨ ਸਰਦਾਰ ਬੂਟਾ ਸਿੰਘ ਨੇ ਦੱਸਿਆ ਆਪਣੀ ਤੇ ਆਪਣੇ ਪਰਿਵਾਰ ਦੀ ਜਾਨ ਨੂੰ ਖਤਰਾ। ਪੁਲਿਸ ਦੇ ਉੱਚ ਅਫਸਰਾਂ ਤੋਂ ਕੀਤੀ ਦੋਸ਼ੀਆਂ ਤੇ ਕਾਰਵਾਈ ਦੀ ਮੰਗ। ਚੌਕੀਮਾਨਾਂ ਦੀ ਪੁਲਿਸ ਤੇ ਕਾਰਵਾਈ ਨਾ ਕਰਨ ਦੇ ਵੀ ਲਗਾਏ ਬੂਟਾ ਸਿੰਘ ਨੇ ਦੋਸ਼। ਰਿਪੋਰਟ ਤਵਨਿੰਦਰ ਸਿੰਘ ਪਨੇਸਰ, ਪੱਤਰਕਾਰ, ਸੀਟੀ ਲਾਈਵ ਚੈਨਲ ਲੁਧਿਆਣਾ। ਹੋਰ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ। दर्शक कहेंगे कि सिटी लाइव की टीम पिंड हंस कला ही दोबारा दोबारा क्यों दिखा रही है। बीते दिन पिंड हंस कला के वसनीक सरदार बूटा सिंह के नाल पिंड दे ही उन्होंने घर के कोल रहिंदे ही एक वसनीक ने गाली गलोच की, जिस संबंध के सिटी लाइव की टीम को सरदार बूटा सिंह जी ने बुलाया तो आख्या कि उन्हां दी जान नू खतरा, सरदार बूटा सिंह दी जान नू खतरा, नाल बूटा सिंह दे परिवार दी जान नू खतरा। आओ उस संबंध दे विच गलबात करदे आं बूटा सिंह दे नाल जो पिंड हंस कला तो बिलोंग करदे ने। आपां तुहाडे नाल गलबात जो तुहाडे नाल वापरिया उस दे संबंध विच शुरू करिए, उस तो पहला फतेह बुला लीए। वाहिगुरू जी का खालसा, वाहिगुरू जी की फतेह। बूटा सिंह जी, तुसीं सिटी लाइव दी टीम नू बुलाया स्पेशल फोन करके, और तुसीं फोन दे उत्ते भी इह गल कही कि तुहाडी जान नू खतरा, तुहाडे परिवार दी जान नू खतरा, की कारण है जी? मैं पहला तो मैं सीटी चैनल वालों का धन्यवाद करदा कि साढ़े माड़े जे सद्दे ते पहुँचे आ कि इस नमाड़े नू गरीब नू माण दिता जिन्हां दी कोई नहीं सुनवाई करदा। जे हो सकता भी साड़ी तुहाडे चैनल दे नाल राही साड़ी जिहड़ी सुनवाई हो सके। पिछले दिनी मेरा जिहड़ा डॉग सीगा रख्या होया, अंग्रेज सिंह नामी बंदे ने जिहड़ा उह गड्डी चढ़ा के मार दिता सी, जिहड़ा कि पुलिस वल्लियों सरदार दलजीत सिंह जी खख वल्लियों जिहड़ा डी एस पी साहब वल्लियों जिहड़ा परचा दर्ज होया सी, उस परचे नू लै के उहनू रद्द कराउण दे लई जिहड़ा अंग्रेज सिंह आ इह दिन बे दिन साडे ते जिहड़ा अत्याचार कर रिहा। असी पिंड दी पंचायत नू पुलिस कोले बार बार रिपोर्टां कर रहे हां जिहदे विच साडी कोई भी सुनवाई नहीं हो रही, ते हो सकदा तुहाडे चैनल राही साडी जिहड़ी कोई सुनवाई होवे ते जिहड़ा साडी जान नू खतरा वा। मैं अपने ही मोबाइल तो बहुत मेरी जड़ियाँ मूवियां बना के पाइया वा कि मेरी जड़ी जिंदगी बचाई जाए, मेरे परिवार की रक्षा की जाए, पर मेरी अज तक किसी पुलिस वाले ने किसी अफसर ने जड़ी सुनवाई नहीं की। जब भी मेरे ते हमला हुंदा ते मैं चौंकी इंचार्ज सरदार गुरदीप सिंह जी नूं कॉल करदा ते मेरी कॉल ते मुलाजम आउंदे आ, पर जिहड़ा अपना वो फॉर्मेलिटी पूरी करके चले जाते हैं, मेरी अजे तक कोई भी सुनवाई नहीं हुई। ਤੁਸੀਂ ਜਿਸ ਤਰ੍ਹਾਂ ਜਾਣਕਾਰੀ ਦਿੱਤੀ ਕਿ ਤੁਹਾਡਾ ਪਾਲਤੂ ਕੁੱਤਾ ਜਿਸ ਨੂੰ ਅੰਗਰੇਜ਼ ਸਿੰਘ ਜੀ ਨੇ ਐਕਸੀਡੈਂਟ ਦੇ ਦੌਰਾਨ ਮਾਰ ਦਿੱਤਾ, ਇਹ ਕਦੋਂ ਦੀ ਗੱਲ ਹੈ? ਇਹ ਪਿਛਲੇ ਸਾਲ ਦੇ ਮੈਮ ਗੱਲ ਆ ਕਿ 9:15 ਦਾ ਟਾਈਮ ਸੀਗਾ, ਮੇਰੇ ਅੱਖਾਂ ਦੇ ਸਾਹਮਣੇ ਮੇਰੇ ਉਸ ਜਿਹੜਾ ਪਾਲਤੂ ਜਾਨਵਰ ਸੀ ਜਿਹੜਾ ਸਾਡੇ ਬੱਚਿਆਂ ਵਾਂਗੂ ਪਾਲਿਆ ਹੋਇਆ ਉਸ ਦੇ ਉੱਪਰ ਗੱਡੀ ਚੜਾ ਕੇ ਉਸ ਨੂੰ ਮਾਰ ਦਿੱਤਾ ਸੀਗਾ। ਮੌਕੇ ਤੇ ਹੀ ਉਸ ਦੀ ਜਿਹੜੀ ਉਹ ਡੈਥ ਹੋ ਗਈ ਸੀ। ਅਸੀਂ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਨੇ ਆ ਕੇ ਮੌਕਾ ਦੇਖਿਆ, 2 ਦਿਨ ਉਸ ਨੂੰ ਪੁਲਿਸ ਦੀ ਕਸਟੱਡੀ ਦੇ ਵਿੱਚ ਬਰਫ਼ ਲਾ ਕੇ ਰੱਖਿਆ ਗਿਆ, ਉਸ ਦਾ ਮੈਡੀਕਲ ਵਗੈਰਾ ਹੋਇਆ। ਉਸ ਤੋਂ ਬਾਅਦ ਪੁਲਿਸ ਨੇ ਜਿਹੜੀ ਬਣਦੀ ਕਾਰਵਾਈ ਉਹਨਾਂ ਤੇ ਕੀਤੀ ਆ ਤੇ ਉਸੇ ਉਹ ਪਰਚੇ ਨੂੰ ਲੈ ਕੇ ਸੰਬੰਧੀ ਹੀ ਸਾਡੇ ਤੇ ਜਿਹੜੀਆਂ ਦਿਨ ਬੇ ਦਿਨ ਉਹ ਕਾਰਵਾਈਆਂ ਕਰ ਰਿਹਾ ਤੇ ਕਹਿ ਰਿਹਾ ਵੀ ਜਿਹੜੇ ਇਹਦੇ ਬੱਚੇ ਆ ਬੇਟੇ ਆ ਉਹਨਾਂ ਨੂੰ ਕਿਸੇ ਨਾ ਕਿਸੇ ਵੀ ਘਟਨਾ ਦੇ ਵਿੱਚ ਪਰਚੇ ਕਰਵਾਵਾਂਗਾ, ਪਸਾਵਾਂਗਾ। ਪਤਾ ਨਹੀਂ ਉਹਦੀ ਬੰਦੇ ਦੀ ਕਿੱਥੇ ਕੁ ਤੱਕ ਪਹੁੰਚ ਆ, ਉਸ ਬੰਦੇ ਦੀ ਕੌਣ ਸਪੋਰਟ ਕਰ ਰਿਹਾ, ਜਾਂ ਕੋਈ ਅਫਸਰ ਕਰ ਰਿਹਾ ਜਾਂ ਕੋਈ ਪੋਲੀਟੀਕਲ ਪਾਰਟੀ ਕਰ ਰਹੀ ਆ, ਇਹ ਜੀ ਉਹ ਜਾਣਦਾ, ਮੈਂ ਨਹੀਂ ਜਾਣਦਾ ਜੀ। ਜੇਕਰ ਆਪਾਂ ਉਸ ਸਮੇਂ ਦੀ ਗੱਲ ਕਰੀਏ ਜਦੋਂ ਤੁਹਾਡਾ ਕੁੱਤਾ ਅੰਗਰੇਜ਼ ਸਿੰਘ ਨੇ ਹਾਸੇ ਦੌਰਾਨ ਮਾਰਿਆ, ਉਸ ਸਮੇਂ ਦੌਰਾਨ ਸਰਕਾਰ ਸੀ ਕਾਂਗਰਸ ਦੀ, ਕੀ ਤੁਸੀਂ ਉਸ ਸਮੇਂ ਆਪਣੇ ਪਿੰਡ ਦੀ ਪੰਚਾਇਤ ਦੇ ਨਾਲ ਰਾਬਤਾ ਨਹੀਂ ਕੀਤਾ? ਅਸੀਂ ਮੈਮ ਪੰਚਾਇਤ ਨਾਲ ਰਾਬਤਾ ਕੀਤਾ, ਪਰ ਜਿਹੜਾ ਸਾਡਾ ਪਿੰਡ ਸਰਦਾਰ ਮਨਜੀਤ ਸਿੰਘ ਸਰਪੰਚ ਸੀਗੇ ਉਸ ਦੇ ਡੈਥ ਹੋਣ ਤੋਂ ਬਾਅਦ ਜਿਹੜਾ ਸਾਡਾ ਪਿੰਡ ਆ ਲਵਾਰਸ ਅੱਜ ਤੱਕ ਜਿਹੜੀ ਇਸ ਦੀ ਵਾਗਡੋਰ ਆ ਕਿਸੇ ਵੀ ਕੋਲ ਨਹੀਂ ਹੈਗੀ। ਚਾਹੇ ਸਾਡੇ ਪਿੰਡ ਦੇ ਵਿੱਚ ਕੋਈ ਵੀ ਘਟਨਾ ਹੋ ਜੇ ਜਿਹੜੇ ਪੰਚ ਆ ਜਾਂ ਜਿਹੜਾ ਸਾਡੇ ਸਰਪੰਚ ਲਾਇਆ ਹੋਇਆ ਉਹ ਨਹੀਂ ਸੁਣਵਾਈ ਕਰਦੇ ਅਤੇ ਉਹ ਤਾਂ ਕਹਿੰਦੇ ਵੀ ਪੁਲਿਸ ਕੋਲ ਜਾਓ। ਪੁਲਿਸ ਦਾ ਜਿਹੜਾ ਰਵੱਈਆ ਵਾ ਤੁਹਾਨੂੰ ਪਤਾ ਹੀ ਆ, ਕਹਿੰਦੇ ਵੀ ਆਮ ਆਦਮੀ ਪਾਰਟੀ ਤੋਂ ਬਾਅਦ ਬਦਲਾਅ ਆਊਗਾ, ਪਰ ਜਿਹੜਾ ਸਾਡੇ ਲਈ ਕੋਈ ਬਦਲਾਅ ਨਹੀਂ ਹੈਗਾ। ਪਹਿਲਾਂ ਵਾਲੀਆਂ ਸਰਕਾਰਾਂ ਵਾਂਗੂ ਹੀ ਜਿਹੜਾ ਗੁੰਡਾ ਰਾਜ ਅੱਜ ਵੀ ਚੱਲ ਰਿਹਾ। ਤੇ ਤੁਸੀਂ ਇਹ ਦੱਸੋ ਕਿ ਇੱਕ ਕੁੱਤੇ ਦੀ ਮੌਤ ਦੇ ਨਾਲ ਦੋਨਾਂ ਪਰਿਵਾਰਾਂ ਦੇ ਵਿੱਚ ਇੰਨੀ ਜ਼ਿਆਦਾ ਰੰਜਿਸ਼ ਵੱਧ ਗਈ? ਇਹ ਤਾਂ ਜੀ ਹੁਣ ਉਹ ਜਾਣਦੇ ਨੇ ਕਿ ਉਹਨਾਂ ਦੇ ਪਿੱਛੇ ਕੋਈ ਤਾਕਤ ਆ, ਕੋਈ ਪੋਲੀਟੀਕਲ ਪਾਰਟੀ ਆ, ਕਿਉਂਕਿ ਮੈਂ ਕਾਮਰੇਡ ਹਾਂ
CPM पार्टी के नाल मैं संबंधित रखदा। मैं लोगों के गरीब के अमीर द हुण किसानी संघर्ष चलिया, मैं किसानी संघर्ष के मूहरे होकर साथ दिता। चार बारी मैं दिल्ली गया, मुजफ्फरनगर गया, अपने खर्चे से किसी तो कोई फंड नहीं लेंदा। मैं होर भी गरीबों के मसले जिहड़े आम किते तक नहीं पहुँच करते, मैं उन्होंने मूहरे होकर लड़ाई लड़दा कि आम आवाम के मूहरे होकर अगे भी लड़ते हैं। अज भी साडा कोई फंक्शन सीगा, शहीद आजम सरदार भगत सिंह जलंधर जाना सी, इस कारण मैं रोक चुकिया वा, क्योंकि मैंने थाने बुलाया सी, थाने उन्होंने नहीं बुलाया गया, मैं चार घंटे बैठ के आ गया, मेरी कोई भी सुनवाई नहीं हुई। तुसी ये जानकारी दी कि अंग्रेज सिंह ने तुहाडा कुत्ता एक्सीडेंट के दौरान मारता, पर तुसी सिटी लाइव की टीम ने बुलाया, कहिंदे बीते दिन ही तुहाडे घर के उत्ते आके हमला होया, उस संबंध में दसो। रात जी 9:15 बजे सरदार अंग्रेज सिंह ने बहुत सारे जिहड़े गुंडे इकट्ठे करके मेरे घर के उपले हमला कर दिता। जिहड़े मेरे सजावट लई सड़क के उपर बूटे लगाए ने वह बढ़ दिते, मेरे तख्तियां दे विच जिहड़े सूटियां मारियां। मैं अपने बचाव लई अपने मकान की छत ते चढ़ गया, उस वेले मैं पुलिस नूं जिहड़ी जानकारी दित्ती आ, पर एक घंटे बाद पुलिस पहुंची, वह अपना मकान छड्ड के किसी पासे चले गए सी, पर पुलिस ने कोई भी कार्रवाई नहीं की, पर आए जरूर सी, कोई कार्रवाई नहीं हुई। तुसी अपने शब्दों से शब्द वरतिया बहुत, काउंटिंग च दसो भी करीब किन्ने जाने होंगे? वो मैं घट तो घट 20-25 आदमी सन। समा की सी? समा 9:15 दा सीगा जी। मॉर्निंग दा या शाम दा? शाम दा सीगा जी। ते तुहाडे घर दे बाहर लाइटां बलदियां ने? लाइट मेरे वाली फ्यूज हो गई, जिहड़ी सरकार ने लाइटां लवाईयां सीगियां। मैं उस वेले भी पंचायत नूं बेनती कीती सी कि भी मेरे घर जिहड़ा इकल्ला वा सड़क दे उपर लाइट लवाई जावे, पर पंचायत ने लाइट नहीं लाई। आम आदमी पार्टी जिहड़े नुमाइंदे आ उन्हां कोले भी मैं बेनती कीती सी भी मेरे घर दे अगे ट्यूबां लवाईयां जाण, पर नहीं लवाईयां। इसे बंदे ने अपनी मर्जी दे नाल ट्यूबां पट के जिथे जी करदा उह लगा लैंदा। ते पिछले दिन इहने जिहड़े शमशान घाट दे विच बोर्ड लगाए सी साडे पुरखियां वल्लियों, जिहड़े कोई 60-70 साल दे उम्र दे हैगे आ, उन्हां नूं भी इहने वढ के बेच दिता। किसी भी पंचायत की कोई मंजूरी नहीं लई, किसी वीडियो तो नहीं पुछया गया, अपनी ही मनमानी हर जगह दे विच ओह कर रहा। पता नहीं उस बंदे दी जिहड़ी पहुँच आ कित्थे क तक आ, जां कोई अफसर साही आ, जां कोई पोलिटिकल पार्टी का नुमाइंदा, कोई MP वगैरह जां मुख्यमंत्री नाल हो सकदा उहदे किते संबंध होण, ते ओह उही बंदा जाणदा। बुट्टे जी, जेकर आपां गल करिए इस समय तुहाडे जो पिंड नूं सरपंच ने उह स्वर्गवास हो चुके ने, पर तुहाडे पिंड नूं अधिकारित सरपंच मिलिया होया। कल दी बीती रात जो इत्थे होया, तुसी जो दस्या, तुहाडे नाल जो घटना वापरी, उस संबंध च तुसी अधिकारी सरपंच नूं जाणू करवाया? जी मैम, असीं अधिकारी सरपंच नूं भी जिहड़ी सूचित कीता गया रात नूं ही, जिहड़ा आम आदमी पार्टी दा भज्जर सिंह आ, रात नूं मैनूं कॉल कीती, रात नूं उहने फोन नहीं उठाया। सुबह जिहड़े साडे अधिकारक सरपंच ते भज्जन सिंह दफ्तर दे विच दोनों बैठे सी, उन्हां नूं बेनती कीती कि मेरे नाल जिहड़ा इह घटना वापर गई आ, उन्हां ने मैनूं सरपंच साहब ने कहा भी तू जाके पुलिस कोले सूचित कर। ते जेकर आपां प्रशासन की गल करिए, दसो कि प्रशासन मौके ते पहुंचिया, जेकर पहुंचे तां की कारवाई कीती? मैडम, प्रशासन मौके ते 1 घंटा लेट पहुंचिया, पर आ के उन्होंने जिहड़ी कोई कार्रवाई नहीं की, गेड़ा जरूर कढ 9 बजे ने, तो सानू उन्होंने 9 बजे का टाइम दिता सी कि कल 9 बजे तुसी चौंकी मान आयो। असी 9 बजे चौंकी मान पहुँच गए सीगे, 1 बजे तक असी चौंकी बैठे रहे हैं, जिहड़े साडे विरोधी सी ओह नहीं गए, ना उन्होंने पुलिस ने बुलाया, ना कोई सानू कोई भरोसा दिता भी उन्होंने जिहड़े आने वाले समय की असी कार्रवाई करांगे जां करदे जां नहीं करदे, वह अपने मुलाजम जाणदे जी। तुसी अपने नाम दे नाल अपने परिवार की जान नूं भी खतरा दस्या, वह की कारण है? वो मैम 5/1/2022 नूं मेरे घर वाली जिहड़ी मेरी वाइफ दुकान तो सौदा लैके आ रही, जिहड़ा अंग्रेज सिंह दा लड़का सनी सिंह सनफ अंग्रेज सिंह ने अपनी गड्डी मेरे घर वाली उपर चाड़ दित्ती सीगी कि खेत नीमा होने के कारण साल मार के मेरी जिहड़ी पत्नी वह बच गई आ। उस समय भी असी पुलिस नूं जिहड़ी जानकारी दित्ती, सारे सबूत उन्हां नूं दिखाए गए, गड्डी दीआं निशानियां दित्तियां गईआं, टायरां दे निशान दित्ते गए, पर पुलिस ने उस वेले भी SI सरजीत सिंह ने बनदी कार्रवाई कोई भी नहीं की गई। मैडम जी, मैं ना 9 का टाइम सीगा सुबह का, मैं दुकान पर गई सी, तिल चौली पाते होंगे सके कीड़िया के पाने पर, मैं तिल चौली लाने गई तो अगे साढ़े कणक बीजी आ खत्ते दे नाल ही, तो मुंडे ने पूरी स्वीट के नाल गड्डी लैके आँदी, तो मूहरे कंडे वाली तार सी, तारा के मेरे कपड़े भी फसे, जो उन्हें गड्डी का मेरे दर अगे आके कट मारिया
ਤਾਂ ਮੈਂ ਜਣੀ ਦੀ ਹੌਲ ਹੌਲ ਹੋ ਗਈ ਅਤੇ ਮੈਂ ਭੱਜ ਕੇ ਆਪਣੇ ਮੈਡਮ ਜੀ ਮੈਂ ਖੱਤੇ ਦੇ ਵਿੱਚ ਉੱਤਰ ਗਈ ਹਾਂ। ਖੱਤੇ ਦੇ ਵਿੱਚ ਉੱਤਰ ਕੇ ਅਤੇ ਮੈਂ ਆਪਣੀ ਜਾਨ ਨੂੰ ਬਚਾਇਆ। ਜਾ ਕੇ ਮੈਂ ਫਟਾਫਟ ਹੀ ਘਰਦਿਆਂ ਨੂੰ ਕਿਹਾ ਵੀ ਮੇਰੇ ਉੱਤੇ ਗੱਡੀ ਚਾੜ੍ਹ ਦੇਣੀ ਸੀ। ਮੈਂ ਜਾ ਕੇ ਤਾਂ ਹੀ ਰੋਈ ਜਦੋਂ ਸਾਡੇ ਘਰ ਮੁਲਾਜ਼ਮ ਆਏ ਨੇ। ਉਹਨਾਂ ਨੇ ਜਦ ਮੈਂ ਕੋਠੇ ਦੀ ਛੱਤ ਦੇ ਉੱਤੇ ਪਈ ਸੀ, ਸਿਆਲਾਂ ਦੇ ਸਰਦੀਆਂ ਦੇ ਦਿਨ ਸੀਗੇ, ਅਤੇ ਪਰ ਜਣੀ ਦੀ ਮੇਰਾ ਦਿਲ ਹੈਮਿਆ ਬੜਾ ਸੀਗਾ। ਅਤੇ ਪਰ ਜਣੀ ਦੀ ਉਦੋਂ ਵੀ ਮੇਰੀ ਮੈਡਮ ਜੀ ਕੋਈ ਕਾਰਵਾਈ ਨਹੀਂ ਹੋਈ ਸੀ। ਜਦ ਮੇਰੇ ਉੱਤੇ ਲੱਤਾਂ ਚਾ ਅਤੇ ਤੋੜ ਦਿੰਦੇ ਜਾਂ ਮੇਰੇ ਕੋਈ ਹਾਦਸਾ ਵਾਪਰ ਜਾਂਦਾ, ਫਿਰ ਹੀ ਕਾਰਵਾਈ ਹੋਣੀ ਸੀਗੀ। ਮੇਰੀ ਕਿਉਂ ਨਹੀਂ ਕਾਰਵਾਈ ਹੁੰਦੀ? ਇਹ ਗੁੰਡੇ ਆਏ, ਗੁੰਡਾ ਬੰਦੇ ਤੋਂ ਮੈਨੂੰ ਪੂਰਾ ਹੀ ਮੈਡਮ ਜੀ ਖਤਰਾ। ਮੇਰੀ ਹੱਥ ਬੰਨ ਕੇ ਬੇਨਤੀ ਵੀ ਇਹ ਸੁਣਵਾਈ ਮੇਰੀ ਕੀਤੀ ਜਾਵੇ। ਆਓ ਆਪਾਂ ਗੱਲਬਾਤ ਕਰਦੇ ਹਾਂ ਪਿੰਡ ਦੇ ਵਸਨੀਕ ਦੇ ਨਾਲ। ਹਾਂਜੀ, ਤੁਹਾਡਾ ਨਾਮ? ਸੁਰਿੰਦਰ ਸਿੰਘ। ਸੁਰਿੰਦਰ ਜੀ, ਜੋ ਬੀਬੀ ਕਮਲ ਜੀ ਨੇ ਗੱਲ ਆਖੀ ਹੈ ਕਿ ਜੇਕਰ ਉਹਨਾਂ ਦੀਆਂ ਲੱਤਾਂ ਬਾਹਾਂ ਟੁੱਟ ਜਾਂਦੀਆਂ ਪ੍ਰਸ਼ਾਸਨ ਕੀ ਉਦੋਂ ਕਾਰਵਾਈ ਕਰਦਾ, ਪ੍ਰਸ਼ਾਸਨ ਨੇ ਉਦੋਂ ਕਾਰਵਾਈ ਨਹੀਂ ਕੀਤੀ ਜਦੋਂ ਉਹਨਾਂ ਦੇ ਨਾਲ ਹਾਦਸਾ ਵਾਪਰਿਆ ਅਤੇ ਉਹਨਾਂ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਪ੍ਰਸ਼ਾਸਨ ਦਾ ਹੱਕ ਸੀਗਾ ਜੀ, ਉਹਨਾਂ ਨੇ ਕਾਰਵਾਈ ਕਰਨੀ ਚਾਹੀਦੀ ਸੀਗੀ, ਕਿਉਂਕਿ ਹਰ ਇੱਕ ਬੰਦੇ ਦਾ ਹੱਕ ਆ ਵੀ ਆਪਦਾ ਜਿੱਥੇ ਵੀ ਮਰਜ਼ੀ ਆਜ਼ਾਦ ਤੁਰ ਸਕਦਾ ਵਾ। ਇਹ ਨਹੀਂ ਹੁੰਦਾ ਹੈਗਾ ਵੀ ਆਪਾਂ ਕਿਸੇ ਵੀ ਬੰਦੇ ਦੇ ਜਾਨੀ ਮਾਲੀ ਨੁਕਸਾਨ ਕਰੀਏ। ਪ੍ਰਸ਼ਾਸਨ ਨੂੰ ਪੂਰਾ ਹੱਕ ਸੀਗਾ ਜੀ, ਉਹਨਾਂ ਦੇ ਉਹਨਾਂ ਨੂੰ ਇਨਸਾਫ ਦੇਣਾ ਚਾਹੀਦਾ ਸੀਗਾ। ਅਤੇ ਜੋ ਬੁੱਢਾ ਜੀ ਨੇ ਜਾਣਕਾਰੀ ਦਿੱਤੀ ਇਸ ਸੰਬੰਧ ਦੇ ਵਿੱਚ, ਤੁਸੀਂ ਸਹਿਮਤ ਹੋ ਉਹਨਾਂ ਦੀ ਗੱਲਬਾਤ ਦੇ ਨਾਲ? ਉਹਨਾਂ ਨੇ ਕਿਹਾ ਵੀ ਉਹਨਾਂ ਦੀ ਜਾਨ ਨੂੰ ਖਤਰਾ ਹੈ, ਉਹਨਾਂ ਦੇ ਪਰਿਵਾਰ ਦੀ ਜਾਨ ਨੂੰ ਖਤਰਾ ਹੈ? ਹਾਂਜੀ ਹਾਂਜੀ, ਬਿਲਕੁਲ ਜੀ। ਬੁੱਢੇ ਸਿੰਘ ਜੀ, ਤੁਸੀਂ ਆਪਣੇ ਪਿੰਡ ਦੀ ਜੋ ਇਸ ਵਕਤ ਅਧਿਕਾਰੀ ਸਰਪੰਚ ਨੇ ਉਹਨਾਂ ਨੂੰ ਜਾਣਕਾਰੀ ਵੀ ਦਿੱਤੀ ਹੈ, ਅਤੇ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਦੱਸਿਆ ਕਿ ਤੁਸੀਂ ਪ੍ਰਸ਼ਾਸਨ ਨੂੰ ਵੀ ਜਾਣਕਾਰੀ ਦਿੱਤੀ ਹੈ, ਪਰ ਤੁਹਾਡੇ ਪਿੰਡ ਦੇ ਵਿੱਚ ਜੋ ਆਮ ਆਦਮੀ ਪਾਰਟੀ ਦੀ ਇਸ ਸਮੇਂ ਟੀਮ ਬਣੀ ਹੋਈ ਹੈ, ਉਹਨਾਂ ਦੇ ਜ਼ਰੀਏ ਹਲਕਾ ਇੰਚਾਰਜ ਸਰਦਾਰ ਕਮਲ ਨੈਣ ਸਿੰਘ ਕੰਗ ਨੂੰ ਜਾਣੂ ਕਰਵਾਇਆ? ਉਹ ਤਾਂ ਮੈਮ ਭਜਨ ਸਿੰਘ ਦਾ ਹੀ ਹੱਕ ਬਣਦਾ ਸੀ। ਅਸੀਂ ਭਜਨ ਸਿੰਘ ਜਿਹੜੇ ਸਾਡੇ ਪਿੰਡ ਦੇ ਪ੍ਰਧਾਨ ਜੀ ਲੱਗੇ ਨੇ ਆਮ ਆਦਮੀ ਪਾਰਟੀ ਦੇ, ਅਸੀਂ ਉਹਨਾਂ ਨੂੰ ਸਾਰੀ ਹੀ ਜਾਣਕਾਰੀ ਸਮੇਂ ਸਮੇਂ ਪਰ ਦਿੰਦੇ ਰਹੇ। ਅੱਜ ਵੀ ਉਹਨਾਂ ਨੂੰ ਅਸੀਂ ਜਾਣਕਾਰੀ ਦਿੱਤੀ ਸੀ। ਉਹਨਾਂ ਨੇ ਚੌਂਕੀ ਇੰਚਾਰਜ ਨੂੰ ਫੋਨ ਕਰਿਆ ਜਾਂ ਨਹੀਂ ਕਰਿਆ ਉਹ ਭਜਨ ਸਿੰਘ ਜਾਣਦੇ ਨੇ, ਜਾਂ ਅਸੀਂ ਸਮੇਂ ਸਮੇਂ 'ਤੇ ਇਹਨਾਂ ਨੂੰ ਸੂਚਿਤ ਕਰਦੇ ਰਹਿੰਦੇ। ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਮੈਮ ਆਪਣੀ ਇਨਸਾਫ ਦੀ ਮੰਗ ਕਰਦੇ ਹਾਂ ਕਿ ਸਾਡੀ ਜਿਹੜੀ ਜਾਨੀ ਮਾਲੀ ਜਿਹੜਾ ਸਾਡਾ ਨੁਕਸਾਨ ਆ ਉਹ ਸਾਨੂੰ ਬਚਾਇਆ ਜਾਵੇ, ਮੇਰੇ ਜਿਹੜੇ ਪਰਿਵਾਰ ਦੀ ਰਾਖੀ ਕੀਤੀ ਜਾਵੇ। ਜਿਹੜੇ ਮੇਰੇ ਪਰਿਵਾਰ ਆ ਪੜ੍ਹਿਆ ਲਿਖਿਆ ਵਾ, ਸਾਨੂੰ ਕਿਸੇ ਵੀ ਵਕਤ ਅਣਝਾ ਸਕਦੇ ਨੇ, ਅਤੇ ਜਿਹੜੇ ਨਸ਼ੇ ਦੀ ਭਰਮਾਰ ਆ ਮੇਰੇ ਪਿੰਡ ਦੇ ਬਹੁਤ ਜ਼ਿਆਦਾ ਆ। ਸਾਡਾ ਜਿਹੜਾ ਤਿੰਨੇ ਮੇਰੇ ਬੇਟੇ ਆ, ਚੌਥਾ ਮੈਂ ਜੀ, ਸਾਡਾ ਡੋਪ ਟੈਸਟ ਕੀਤਾ ਜਾਵੇ ਜੇ ਅਸੀਂ ਨਸ਼ਾ ਖਾਂਦੇ ਆ ਜਾਂ ਕੋਈ ਕਾਰਵਾਈ ਆ। ਪਰ ਜਿਹੜੇ ਇਹ ਗੁੰਡੇ ਆ ਇਹਨਾਂ ਦੇ ਹਰ ਇੱਕ ਦਾ ਡੋਪ ਟੈਸਟ ਕੀਤਾ ਜਾਵੇ। ਪਿੰਡ ਦੇ ਗਲੀਆਂ ਦੇ ਵਿੱਚ ਨਸ਼ਾ ਖਾ ਕੇ ਇਹ ਇਸ ਤਰ੍ਹਾਂ ਅਸੀਂ ਦੱਸ ਹੀ ਨਹੀਂ ਸਕਦੇ ਕਿ ਵੀ ਸਾਡਾ ਜੀਣਾ ਹਰਾਮ ਕੀਤਾ। ਨਾ ਕਿ ਇਸ ਮੋਟਰਸਾਈਕਲ ਨੂੰ ਰਾਹ ਦਿੰਦੇ ਨੇ, ਨਾ ਕਿ ਗੱਡੀ ਨੂੰ ਰਾਹ ਦਿੰਦੇ ਨੇ, ਚਾਹੇ ਇਹਨਾਂ ਨੂੰ ਹਾਰਨ ਮਾਰੀ ਜਾਓ। ਸਾਡੇ ਜਿਹੜਾ ਪਿੰਡ ਦਾ ਬਹੁਤ ਹੀ ਬੁਰਾ ਹਾਲ ਆ, ਸਾਡਾ ਪਿੰਡ ਲਵਾਰਸ ਹੋ ਚੁੱਕਿਆ, ਇਹਦਾ ਕੋਈ ਵਾਲੀ ਵਾਰਸ ਨਹੀਂ ਹੈ। ਮੈਡਮ ਜੀ, ਪੁਲਿਸ 'ਤੇ ਤਾਂ ਆਸਾਂ ਹੁੰਦੀਆਂ ਹੀ ਆ, ਸਾਨੂੰ ਸਰਕਾਰ 'ਤੇ ਤਾਂ ਆਸਾਂ, ਪੁਲਿਸ ਪ੍ਰਸ਼ਾਸਨ 'ਤੇ ਆਸਾਂ, ਪਰ ਪੁਲਿਸ ਸਾਨੂੰ ਇਨਸਾਫ ਦਿੰਦੀ ਆ ਜਾਂ ਨਹੀਂ ਦਿੰਦੀ ਉਹ ਅਫਸਰਾਂ 'ਤੇ ਡਿਪੈਂਡ ਕਰਦਾ ਜੀ। ਮੈਡਮ, ਇਹ ਜੇ ਸੋਚੀਏ ਤਾਂ ਇਹਨਾਂ ਨੂੰ ਮਹੀਨਾ ਹੋ ਗਿਆ ਹੋਊਗਾ। ਥੋੜ੍ਹੀ ਥੋੜ੍ਹੀ ਇਹਨਾਂ ਦੀ ਰੰਜ ਸਾਫ ਵਿੱਚ ਚੱਲਦੀ ਹੋਈ ਰਹਿੰਦੀ ਆ, ਆਸ ਗੁਆਂਢ, ਕਦੇ ਉਹਨਾਂ ਦੀ ਕਦੇ ਇਹਨਾਂ ਦੀ। ਉਸ ਤੋਂ ਬਾਅਦ ਕਈ ਵਾਰੀ ਮੇਰੇ ਕੋਲ ਆਏ ਆ, ਚਲੋ ਟਿਕਾ ਦੇਈਦੇ ਆ, ਫਿਰ ਉਸ ਤੋਂ ਬਾਅਦ ਚੌਂਕੀ ਵੀ ਜਾਂਦੇ ਆ, ਚੌਂਕੀ ਆ ਨੇ ਵੀ ਦੋ ਚਾਰ ਵਾਰੀ ਟਿਕਾਤੇ ਆ। ਹੁਣ ਇਹਨਾਂ ਦੀ ਕੱਲ੍ਹ ਸੁਣਿਆ ਸੀਗਾ ਵੀ ਲੜਾਈ ਹੋਈ ਆ ਜਿਹੜੀ, ਮੈਨੂੰ ਦਿਨ ਚੜ੍ਹੇ ਪਤਾ ਲੱਗਿਆ। ਇਹ ਫਿਰ ਬੂਟਾ ਸਿੰਘ ਨੇ ਫਿਰ ਉੱਧਰ ਫੋਨ ਲਾਇਆ ਸੀ ਚੌਂਕੀ ਵਾਲਿਆਂ ਨੂੰ। ਚੌਂਕੀ ਵਾਲੇ ਮੁਲਾਜ਼ਮ ਜਦੋਂ ਆਏ, ਉਹਨਾਂ ਨੇ ਆ ਕੇ ਮੌਕਾ ਦੇਖਿਆ, ਮੌਕਾ ਦੇਖ ਕੇ ਅੱਜ ਇਹਨਾਂ ਨੂੰ ਬੁਲਾਇਆ ਸੀਗਾ। ਇਹ ਫਿਰ ਮੇਰੇ ਕੋਲ ਆਏ ਸੀ, ਕਹਿੰਦੇ ਵੀ ਕੀ ਹੋਣਾ ਚਾਹੀਦਾ। ਮੈਂ ਕਿਹਾ ਵੀ ਤੁਸੀਂ ਚੌਂਕੀ ਵਿੱਚ ਜਾਓ, ਚੌਂਕੀ ਦੇ ਵਿੱਚ ਜਾ ਕੇ ਜਿਵੇਂ ਮੁਲਾਜ਼ਮ ਕਰਨਗੇ, ਦੋਨਾਂ ਤਰ੍ਹਾਂ ਦੇ ਵਿੱਚ ਜਿਹਦੇ 'ਚ ਗਲਤੀ ਆ ਉਹ ਗਲਤੀ ਨੂੰ ਗਲਤੀ ਕਰਕੇ ਉਹ ਬਣਦੀ ਕਾਰਵਾਈ ਕਰ ਲੈਣਗੇ, ਠੀਕ ਹੈ ਕਿ ਨਹੀਂ। ਹੁਣ ਵੀ ਉਹਨਾਂ ਦਾ ਫੋਨ ਆਇਆ ਸੀ, ਕਹਿੰਦੇ ਬੂਟਾ ਸਿੰਘ ਚੱਲਿਆ ਗਿਆ। ਮੈਂ ਕਿਹਾ ਵੀ ਉਹਨੂੰ ਕੋਈ ਕੰਮ ਸੀ, ਆਪਦਾ ਆ ਕੇ ਚੱਲਿਆ ਗਿਆ, ਤੁਸੀਂ ਦੂਜੀਆਂ ਧਿਰਾਂ ਨੂੰ ਬੁਲਾਇਆ ਨਹੀਂ ਗਾ, ਉਹਨਾਂ ਨੂੰ ਵੀ ਬੁਲਾਓ, ਇਹਨਾਂ ਨੂੰ ਇਕੱਠੇ ਕਰਕੇ ਜਿਹਦੇ 'ਚ ਨੁਕਸ ਆ ਉਹਦਾ ਨੁਕਸ ਦਾ ਉਹਨੂੰ ਉਹ ਤਾਂ ਕਾਰਵਾਈ ਕਰੋ। ਬਸ ਆਹੀ ਗੱਲ ਸੀ। ਉੱਥੇ ਜੀ ਕਲੋਨੀਆਂ ਦੇ ਵਿੱਚ ਕਦੇ ਕੋਈ ਕਦੇ ਕੋਈ ਮਾੜੀ ਮਾੜੀ ਗੱਲ ਤੋਂ ਹੀ, ਇਹਨਾਂ 'ਚ ਬਾਹਲੀ ਵੱਡੀ ਗੱਲ ਵੀ ਨਹੀਂ ਹੁੰਦੀ। ਪੰਚਾਇਤ ਵਾਲਿਆਂ ਕੋਲ ਵੀ ਜਾਂਦੇ ਆ, ਪੰਚਾਇਤ ਵੀ ਹੁਣ ਇਸ ਗੱਲ ਦਾ ਬਾਹਲਾ ਨਹੀਂ ਅੰਡਰਸਟ ਲੈਂਦੀ, ਉਹ ਵੀ ਕਹਿੰਦੇ ਵੀ ਚੌਂਕੀ ਜਾਓ ਤੁਸੀਂ। ਮੈਂ ਤਾਂ ਇਹੀ ਕਹਿੰਦਾ ਵੀ ਕੱਲ੍ਹ ਨੂੰ ਕੋਈ ਵੀ ਦੁਰਘਟਨਾ ਹੁੰਦੀ ਆ ਉਹ ਮਾੜੀਓ ਹੀ ਮਾੜੀ ਆ, ਚਾਹੇ ਕਿਸੇ ਦਾ ਵੀ ਹੁੰਦਾ ਵਾ ਕੰਮ। ਮੈਂ ਤਾਂ ਇਹ ਕਹਿੰਦਾ ਵੀ ਜਿਹੜੀ ਬਹਿ ਕੇ ਗੱਲ ਹੋ ਜਾਵੇ, ਕੋਈ ਵੀ ਗੱਲ ਆ ਇਹਨਾਂ ਦੀ,
समझौता हो तो बहुत ही वधिया गल आ, उहदे विच सारा दे भला वा, सारा दे फायदा। यह चीज़ मैं कहना भी जिहड़ी भी कोई गल आ, दोनों तरह बह के मुलाजमान के बच्चे निबेड़ लैना आपदी है।